ਅਜਾ ਨਾ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਇੱਕ ਸਾਨੂੰ ਭੈਣ ਜਿਹੜੀ ਦਿੱਖੀ ਆ ਜੋ ਪੈਟਰੋਲ ਪੰਪ ਦੇ ਉੱਪਰ ਕੰਮ ਕਰਦੀ ਹੈ ਗੱਲਬਾਤ ਭੈਣ ਦੇ ਨਾਲ ਕਰਾਂਗੇ ਕਿ ਆਖਰ ਕੀ ਮਜਬੂਰੀ ਹੈ ਕਿਉਂ ਜਿਹੜਾ ਕੰਮ ਕਰਨਾ ਪੈ ਰਿਹਾ ਅਸੀਂ 6 ਭੈਣਾਂ ਦਾ ਡੈਡੀ ਆ ਤੇ ਭਰਾ ਮੇਰੀ ਮੰਮੀ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ ਤੇ ਭਰਾ ਵੀ ਮੇਰੇ ਨਸ਼ਾ ਪੱਤੇ ਕਰਦੇ ਆ ਸਾਡੇ ਭੈਣਾਂ ਦੇ ਸਿਰ ਤੇ ਸਾਰਾ ਕੰਮ ਜੇ ਪਾਪਾ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਕੀ ਕੰਮ ਕਰਦੇ ਆ ਉਹ ਟੈਂਟ ਦਾ ਹੀ ਕੰਮ ਕਰਦੇ ਆ ਜੀ ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾਗਾ ਮੇਰੀਆਂ ਭੈਣਾਂ ਹੀ ਘਰ ਦੇ ਖਰਚੇ ਚੱਕਦੀਆਂ ਸੀ ਕਰੇ ਕਦੇ ਤੁਸੀਂ ਇੱਥੇ ਪੰਪ ਤੇ ਖੜੇ ਹੋਵੋ ਕੋਈ ਨੈਗੇਟਿਵ ਗੱਲਾਂ ਸੁਣਨ ਨੂੰ ਮਿਲੀਆਂ ਹੁਣ ਨਹੀਂ ਬਸ ਇਦਾਂ ਹੀ ਕਹੇ ਜਾਂਦੇ ਆ ਵੀ ਕੁੜੀ ਪੰਪ ਤੇ ਕੰਮ ਕਰਦੀ ਆ ਮਤਲਬ ਲੋਕਾਂ ਦੀ ਸੋਚ ਨੂੰ ਤਾਂ ਕੋਈ ਰੋਕ ਨਹੀਂ ਸਕਦਾਗਾ ਕਹਿੰਦੇ ਪੜ ਲਓ ਵੀ ਆ ਕਰ ਲਓ ਜੋ ਕਰ ਲਓ ਮਤਲਬ ਘਰ ਦੇ ਹਾਲਾਤ ਕਰਕੇ ਇੱਥੇ ਪੰਪ ਤੇ ਲੱਗੇ ਨਹੀਂ ਕੀ ਰਜੀ ਕਰਦਾਗਾ ਕੋਈ ਘਰ ਦੀ ਕੁੜੀ ਨੂੰ ਐ ਬਾਹਰ ਥੋੜੀ ਕੱਢਦਾ ਅੱਛਾ ਜਦੋਂ ਤੁਸੀਂ ਔਨ ਡਿਊਟੀ ਹੁੰਨੇ ਹੋ ਇੱਥੇ ਕੋਈ ਨੈਗੇਟਿਵ ਚੀਜ਼ ਦੇਖਣ ਨੂੰ ਮਿਲੀ ਤੁਹਾਨੂੰ ਆਪਸ ਚ ਕਹਿੰਦੇ ਹੁਣੇ ਲੋਕ ਪਰ ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾਗਾ ਇੱਕ ਦੂਜੇ ਨਾਲ ਗੱਲ ਕਰਦੇ ਹੁਣੇ ਤੇ ਭੈਣੇ ਜੇ ਮੈਂ ਗੱਲ ਕਰਾਂ ਤਾਂ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਜਾਂ ਔਖਾ ਹੁੰਦਾ ਔਖਾ ਤਾਂ ਹੈਗਾ ਹੀ ਆ ਵੀਰੇ ਹੁਣ ਅੱਜ ਨਾ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਇੱਕ ਸਾਨੂੰ ਭੈਣ ਜਿਹੜੀ ਦੇਖੀ ਆ ਜੋ ਪੈਟਰੋਲ ਪੰਪ ਦੇ ਉੱਪਰ ਕੰਮ ਕਰਦੀ ਹੈ ਗੱਲਬਾਤ ਭੈਣ ਦੇ ਨਾਲ ਕਰਾਂਗੇ ਕਿ ਆਖਰ ਕੀ ਮਜਬੂਰੀ ਹੈ ਕਿਉਂ ਜਿਹੜਾ ਕੰਮ ਕਰਨਾ ਪੈ ਰਿਹਾ ਵੈਸੇ ਤਾਂ ਬਹੁਤ ਸਾਰੀਆਂ ਲੇਡੀਜ਼ ਤੁਸੀਂ ਦੇਖੀਆਂ ਹੋਣਗੀਆਂ ਕਿ ਹਰ ਅੱਜ ਕੱਲ੍ਹ ਜਿਹੜੀਆਂ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਨੇ ਮਰਦਾਂ ਨਾਲੋਂ ਘੱਟ ਨਹੀਂ ਹੈ ਪਰ ਫਿਰ ਵੀ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਹੁਤ ਘੱਟ ਹੈ ਜਿੱਥੇ ਕਿ ਕੁੜੀਆਂ ਜਿਹੜੀਆਂ ਆਮ ਘਰਾਂ ਦੀਆਂ ਪੈਟਰੋਲ ਪੰਪ ਤੇ ਕੰਮ ਕਰਨ ਜਾਂ ਰੋਡ ਦੇ ਉੱਪਰ ਕਿਤੇ ਕੰਮ ਕਰਦੇ ਆ ਦੇਖਣ ਤਾਂ ਭੈਣ ਮੇਰੇ ਨਾਲ ਖੜੀ ਆ ਗੱਲਬਾਤ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਭੈਣੇ ਸਭ ਤੋਂ ਪਹਿਲਾਂ ਤਾਂ ਨਾਮ ਤੋਂ ਸ਼ੁਰੂਆਤ ਕਰਦੇ ਆ ਥੋੜੀ ਜਿਹੀ ਆਪਣੇ ਬਾਰੇ ਦੱਸ ਦੋ ਵੀ ਨਾਮ ਕੀ ਹੈ ਤੇ ਕਿਹੜੇ ਪਿੰਡ ਵਿੱਚ ਅਸੀਂ ਖੜੇ ਆ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਤੇ ਪਿੰਡ ਭੰਮੀਪੁਰਾ ਵਿੱਚ ਤੇ ਭੈਣੇ ਜੇ ਮੈਂ ਗੱਲ ਕਰਾਂ ਪੜ੍ਹਾਈ ਲਿਖਾਈ ਦੀ ਤਾਂ ਕਿੱਥੋਂ ਤੱਕ ਤੁਹਾਡੀ ਪੜ੍ਹਾਈ ਲਿਖਾਈ ਕੀਤੀ ਹੋਈ ਪਲੱਸ 2 ਤੱਕ ਮੇਰੀ ਪਲੱਸ 2 ਹਾਂਜੀ ਹਾਂਜੀ ਕਿੰਨੀ ਪਰਸੈਂਟ 87 ਅੱਛਾ ਮਤਲਬ ਪਲੱਸ 2 ਤੁਹਾਡੀ ਕੀਤੀ ਹੋਈ ਹੈ ਤੇ 80 ਪਲੱਸ ਤੁਹਾਡੀ ਪਰਸੈਂਟੇਜ ਆਈ ਹੈ ਮੈਰਿਟ ਲਿਸਟ ਦੇ ਵਿੱਚ ਅੱਛਾ ਭੈਣੇ ਜੇ ਪਰਿਵਾਰ ਦੀ ਆਪਾਂ ਗੱਲ ਕਰੀਏ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਮੈਂਬਰ ਦੀ ਆਪਾਂ ਗੱਲ ਕਰੀਏ ਕਿੰਨੇ ਭੈਣ ਭਰਾ ਹੋ ਮਾਤਾ ਪਿਤਾ ਉਹਨਾਂ ਬਾਰੇ ਜ਼ਰੂਰ ਦੱਸੋ ਅਸੀਂ 6 ਭੈਣਾਂ ਦਾ ਡੈਡੀ ਆ ਤੇ ਭਰਾ ਮੇਰੀ ਮੰਮੀ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ ਤੇ ਭਰਾ ਵੀ ਮੇਰੇ ਨਸ਼ਾ ਪੱਤੇ ਕਰਦੇ ਆ ਸਾਡੇ ਭੈਣਾਂ ਦੇ ਸਿਰ ਤੇ ਸਾਰਾ ਕੰਮ ਕਰਦੇ ਆ ਸਾਡੇ ਘਰ ਦਾ ਅੱਛਾ ਭੈਣੇ ਜੇ ਪਾਪਾ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਕੀ ਕੰਮ ਕਰਦੇ ਆ ਉਹ ਟੈਂਟ ਦਾ ਹੀ ਕੰਮ ਕਰਦੇ ਆ ਜੀ ਮਤਲਬ ਗਰਮੀਆਂ 'ਚ ਤਾਂ ਔਖਾ ਗਾ ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾਗਾ ਮੇਰੀਆਂ ਭੈਣਾਂ ਹੀ ਘਰ ਦੇ ਖਰਚੇ ਚੱਕਦੀਆਂ ਸੀ ਫਿਰ ਅੱਛਾ ਮਤਲਬ ਜਦੋਂ ਕਿ ਕੋਈ ਕੰਮ ਕਰਨ ਵਾਲਾ ਕੋਈ ਨਹੀਂ ਸੀਗਾ ਤਾਂ ਪਿੱਛੇ ਸਾਰਾ ਕੁਝ ਤੁਹਾਡੇ ਡੈਡੀ ਦੇ ਆਸਰੇ ਸੀਗਾ ਤਾਂ ਤੁਸੀਂ ਸੋਚਿਆ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਚਲਾ ਕੇ ਜਿਹੜਾ ਹਨ ਮੋਢੇ ਨਾਲ ਮੋਢਾ ਮਿਲਾ ਕੇ ਵੀ ਕੰਮ ਕੀਤਾ ਜਾਵੇ ਤਾਂ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਮੈਨੂੰ ਇੱਥੇ 2 ਮਹੀਨੇ ਹੋਏ ਕੰਮ ਕਰਦੀ ਨਹੀਂ ਨਹੀਂ ਪਹਿਲਾਂ ਮੈਂ ਸਟੱਡੀ ਕਰਦੀ ਸੀ ਹਾਂਜੀ ਭੈਣੇ ਜਦੋਂ ਤੁਸੀਂ ਇੱਥੇ ਮਤਲਬ ਕੰਮ ਕਰਦੇ ਹੁੰਦੇ ਆ ਤਾਂ ਬਹੁਤ ਸਾਰੇ ਕਿਉਂਕਿ ਜਿਹੜਾ ਸਾਡਾ ਜ਼ਮਾਨਾ ਨਾ ਤਾਂ ਬਹੁਤ ਕੁਝ ਦੇਖਣਾ ਪੈਂਦਾ ਕਦੇ ਤੁਸੀਂ ਇੱਥੇ ਪੰਪ ਤੇ ਖੜੇ ਹੋਵੋ ਕੋਈ ਨੈਗੇਟਿਵ ਗੱਲਾਂ ਸੁਣਨ ਨੂੰ ਮਿਲੀਆਂ ਹੁਣ ਨੈਗੇਟਿਵ ਕਮੈਂਟਰ ਸੁਣਨ ਨੂੰ ਮਿਲੇ ਹੁਣ ਜਾਂ ਜਿਹੜੇ ਪਿੰਡ ਦੇ ਲੋਕ ਆ ਕਿਉਂਕਿ ਆਮ ਤੌਰ ਤੇ ਬਹੁਤ ਹੁੰਦੇ ਆ ਸ਼ਰੀਕੇ ਦੇ ਵਿੱਚ ਕੋਈ ਇਦਾਂ ਦਾ ਦੇਖਣ ਨੂੰ ਅਜੇ ਤੱਕ ਮਿਲਿਆ ਜਾਂ ਕਿਸੇ ਨੇ ਕੋਈ ਲਾ ਕੇ ਗੱਲਾਂ ਕਹੀਆਂ ਹੁਣ ਨਹੀਂ ਬਸ ਇਦਾਂ ਹੀ ਕਹੇ ਜਾਂਦੇ ਆ ਵੀ ਕੁੜੀ ਪੰਪ ਤੇ ਕੰਮ ਕਰਦੀ ਆ ਮਤਲਬ ਲੋਕਾਂ ਦੀ ਸੋਚ ਨੂੰ ਤਾਂ ਕੋਈ ਰੋਕ ਨਹੀਂ ਸਕਦਾਗਾ ਕਹਿੰਦੇ ਪੜ ਲਓ ਵੀ ਆ ਕਰ ਲਓ ਜੋ ਕਰ ਲਓ ਮਤਲਬ ਘਰ ਦੇ ਹਾਲਾਤ ਕਰਕੇ ਇੱਥੇ ਪੰਪ ਤੇ ਲੱਗੇ ਨਹੀਂ ਕੀ ਰਜੀ ਕਰਦਾਗਾ ਕੋਈ ਘਰ ਦੀ ਕੁੜੀ ਨੂੰ ਐ ਬਾਹਰ ਥੋੜੀ ਕੱਢਦਾ ਹੈ ਵੈਸੇ ਕੁੜੀਆਂ ਤਾਂ ਅੱਜ ਕੱਲ੍ਹ ਘੱਟ ਨਹੀਂ ਆ ਮਰਦਾਂ ਦੇ ਮੁਕਾਬਲੇ ਕੁੜੀਆਂ ਤਾਂ ਜਹਾਜ਼ ਵੀ ਉਡਾ ਰਹੀਆਂ ਕੁੜੀਆਂ ਤਾਂ ਸਭ ਚੀਜ਼ ਕਰ ਰਹੀਆਂ ਤੇ ਨਰਵਸ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਚਲਾ ਕੇ ਚੱਲ ਰਹੇ ਹੋ ਅੱਛਾ ਜਦੋਂ ਤੁਸੀਂ ਔਨ ਡਿਊਟੀ ਹੁੰਦੇ ਹੋ ਇੱਥੇ ਕੋਈ ਨੈਗੇਟਿਵ ਚੀਜ਼ ਦੇਖਣ ਨੂੰ ਮਿਲੀ ਤੁਹਾਨੂੰ ਨਹੀਂ ਹਲੇ ਤੱਕ ਤਾਂ ਮੈਨੂੰ ਕੋਈ ਨਹੀਂ ਮਿਲੀ ਇਹ ਤਾਂ ਫਲਾਨੇ ਦੀ ਕੁੜੀ ਪੈਟਰੋਲ ਪੰਪ ਤੇ ਕੰਮ ਕਰਦੀ ਹੈ ਤਾਂ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਨਹੀਂ ਵੀਰੇ ਆਪਸ ਚ ਕਹਿੰਦੇ ਹੁਣੇ ਲੋਕ ਪਰ ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾਗਾ ਇੱਕ ਦੂਜੇ ਨਾਲ ਗੱਲ ਕਰਦੇ ਹੁਣੇ ਤੇ ਭੈਣੇ ਜੇ ਮੈਂ ਗੱਲ ਕਰਾਂ ਤਾਂ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਜਾਂ ਔਖਾ ਹੁੰਦਾ ਔਖਾ ਤਾਂ ਹੈਗਾ ਹੀ ਆ ਵੀਰੇ ਹੁਣ ਤੇ ਸੁਪਨਾ ਕੀ ਹੈਗਾ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਬਸ ਮੈਂ ਨਰਸਿੰਗ ਕਰਨ ਲੱਗਣਾ ਸੀਗਾ ਤੋ ਅਸੀਂ ਭੈਣੇ ਰੱਬ ਅੱਗੇ ਦੁਆ ਕਰਦੇ ਹਾਂ ਵੀ ਇੱਕ ਨਾ ਇੱਕ ਦਿਨ ਜਿਹੜੇ ਤੁਹਾਡੇ ਸੁਪਨੇ ਆ ਉਹਨਾਂ ਨੂੰ ਬੂਰ ਪਵੇ ਤੁਹਾਡੀਆਂ ਆਸਾਂ ਨੂੰ ਬੂਰ ਪਵੇ ਤੇ ਵੱਡੇ ਮੁਕਾਮ ਤੇ ਤੁਸੀਂ ਲਾਜ਼ਮੀ ਪਹੁੰਚੋ ਤੇ ਮੈਂ ਇੱਕ ਵਾਰ ਫੇਰ ਕਹਿਣਾ ਚਾਹੂੰਗਾ ਕਿ ਸਲਾਮ ਆ ਪੰਜਾਬ ਦੀਆਂ ਅਜਿਹੀਆਂ ਧੀਆਂ ਨੂੰ ਜੋ ਕਿ ਆਪਣਾ ਪਰਿਵਾਰ ਪਾਲਣ ਦੇ ਲਈ ਹੱਡ ਤੋੜ ਮਿਹਨਤ ਕਰਦੀਆਂ ਨੇ ਤੇ ਅੱਜ ਅਜਿਹੀ ਹੀ ਸਟੋਰੀ ਜਿਹੜੀ ਪਿੰਡ ਭੰਮੀਪੁਰਾ ਦੀ ਆ ਤਹਿਸੀਲ ਜਗਰਾਉਂ ਦੀ ਆ ਜਿਹੜਾ ਲੁਧਿਆਣਾ ਦੀ ਹੈ ਜੋ ਕਿ ਇੱਕ ਬੱਚੀ ਹੈ ਜੋ ਕਿ ਪੈਟਰੋਲ ਪੰਪ ਦੇ ਉੱਪਰ ਕੰਮ ਕਰਦੀ ਹੈ ਤੇ ਸਲਾਮ ਆ ਅਜਿਹੀਆਂ ਧੀਆਂ ਨੂੰ ਮੈਂ ਇੱਕ ਵਾਰ ਫੇਰ ਕਹੂੰਗਾ ਜਿਹੜੀਆਂ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀਆਂ ਨੇ ਜਿਹੜੇ
ਪਰਿਵਾਰ ਆਪਣੇ ਪੁੱਤਾਂ ਦੇ ਵਾਂਗੂ ਆਪਣੇ ਮਾਤਾ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੁੰਦੀਆਂ ਨੇ ਤੇ ਇੱਕ ਨਾ ਇੱਕ ਦਿਨ ਜਿਹੜੇ ਅਜਿਹੇ ਬੱਚੇ ਹੁੰਦੇ ਆ ਤਾਂ ਸਾਡੇ ਸਮਾਜ ਨੂੰ ਚੰਗੀ ਦੇਣ ਜ਼ਰੂਰ ਦੇ ਕੇ ਜਾਂਦੇ ਆ ਕਿਸੇ ਵੱਡੇ ਮੁਕਾਮ ਤੇ ਜਾ ਕੇ ਪਿੰਡ ਦਾ ਨਾਂ ਰੋਸ਼ਨ ਵੀ ਕਰਦੇ ਆ ਤੇ ਆਪਣੇ ਘਰ ਦਾ ਨਾਂ ਰੋਸ਼ਨ ਵੀ ਕਰਦੇ ਤੇ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਤੇ ਆਸ ਕਰਦੇ ਹਾਂ ਬੱਚੀ ਤੋਂ ਕਿ ਇੱਕ ਨਾ ਇੱਕ ਦਿਨ ਇਹ ਵੀ ਅੱਗੇ ਜਾ ਕੇ ਵੱਡਾ ਮੁਕਾਮ ਹਾਸਲ ਕਰੇ ਤੇ ਇੱਕ ਨਾ ਇੱਕ ਦਿਨ ਬੁਲੰਦੀਆਂ ਨੂੰ ਛੂਏ।